ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। ਕਾਇਮ ਦਾਇਮ ਸਦਾ ਪਾਤਸ਼ਾਹੀ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਖਾਲਸਾ ਪੰਥ ਜੀਓ ਫਤਿਹ ਪ੍ਰਵਾਨੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਦੀਆਂ ਅਸੀਸਾਂ ਅਤੇ ਆਸ਼ੀਰਵਾਦਾਂ ਪ੍ਰਾਪਤ ਕਰਨ ਦੇ ਲਈ ਉਹਨਾਂ ਦੇ ਹੀ ਪਾਵਨ ਜਨਮ ਸਥਾਨ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਕਈ ਵਾਰ ਬਹੁਤ ਸਾਰੀਆਂ ਸੰਗਤਾਂ ਦਾਸ ਦੇ ਕੋਲ ਪਹੁੰਚਦੀਆਂ ਨੇ ਕਿ ਮੈਂਬਰ ਸਾਹਿਬ ਸਾਡੇ ਫਾਰਮ 'ਤੇ ਸਟੈਂਪ ਲਾ ਦਿਓ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਅਸਥਾਨ ਪ੍ਰਕਾਸ਼ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕੀਏ। ਪਰ ਸਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਕਿ ਜਿੱਥੇ ਅਸੀਂ ਲੱਖਾਂ ਰੁਪਏ ਖਰਚ ਕੇ ਸੈਂਕੜੇ ਸਿਫਾਰਿਸ਼ਾਂ ਪਾ ਕੇ ਸਰਕਾਰ ਤੋਂ ਬੀਜੇ ਲਵਾ ਕੇ ਜਿਸ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਨਤਮਸਤਕ ਹੋਣ ਦੇ ਲਈ ਜਾਂਦੇ ਹਾਂ, ਉਸ ਪਾਵਨ ਅਸਥਾਨ ਵਰਗਾ ਇੱਕ ਹੋਰ ਪਾਵਨ ਅਸਥਾਨ ਲੋਕਲ ਨਨਕਾਣਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਲੋਕਲ ਨਨਕਾਣਾ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਵੀ ਸੁਭਾਵਮਾਨ ਹੈ। ਅਸੀਂ ਇਸ ਗੱਲ ਨੂੰ ਅੱਜ ਤੱਕ ਮਹਿਸੂਸ ਨਹੀਂ ਕਰ ਸਕੇ, ਇਹ ਸਾਡੀ ਬਦਕਿਸਮਤੀ ਹੈ। ਫਰਕ ਕੇਵਲ ਇਤਨਾ ਹੈ ਕਿ ਉੱਥੇ ਪਹਿਲੇ ਨਾਨਕ ਪ੍ਰਗਟ ਹੋਏ ਸਨ ਅਤੇ ਇਸ ਪਾਵਨ ਅਸਥਾਨ 'ਤੇ ਸੱਤਵੇਂ ਅਤੇ ਅੱਠਵੇਂ ਨਾਨਕ ਪ੍ਰਗਟ ਹੋਏ ਨੇ। ਨਾਮ ਭਾਵੇਂ ਇਸ ਅਸਥਾਨ ਦਾ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ, ਪਰ ਇਹ ਯਾਦ ਰੱਖਣਾ ਖਾਲਸਾ ਜੀ, ਭਾਈ ਨੰਦ ਲਾਲ ਸਿੰਘ ਜੀ ਨੇ ਇਹ ਪਾਵਨ ਬਚਨ ਲਿਖੇ ਹਨ, ਨਾਨਕ ਸੋ ਗੁਰੂ ਅੰਗਦ ਦੇਵਣਾ ਸੋ ਅਮਰਦਾਸ ਹਰ ਸੇਵਣਾ ਸੋ ਰਾਮਦਾਸ ਸੋ ਅਰਜਨਾ ਸੋ ਹਰ ਗੋਬਿੰਦ ਸੋ ਪਰਸਨਾ ਸੋ ਹਰ ਰਾਏ ਕਰਤਾ ਦਾਤਾਰਨ ਸੋ ਹਰ ਕ੍ਰਿਸ਼ਨ ਅਗਾਮਾ ਪਾਰਨ ਸੋ ਤੇਗ ਬਹਾਦਰ ਸਤ ਸਰੂਪਣਾ ਸੋ ਗੁਰੂ ਗੋਬਿੰਦ ਸਿੰਘ ਹਰ ਕਾ ਰੂਪਣਾ ਸਭ ਏਕੈ ਏਕੈ ਏਕਨਾ ਨਹੀਂ ਭੇਦ ਕਛੂ ਵੀ ਭੇਖਣਾ। ਬੇ ਉਹੀ ਨਾਨਕ ਜੋ ਗੁਰੂ ਨਾਨਕ ਨਿਗਟ ਵਸੇ ਬਨਵਾਰੀ ਲੈਣਾ ਥਾਪ ਜੋਤ ਜਗ ਧਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਉਹੀ ਜੋਤ ਜੋਤ ਉਹਾ ਜੁਗਤ ਸਾਏ ਸ਼ੰਕਾਇਆ ਫੇਰ ਪਲਟੀਏ ਦੇ ਮਹਾਂਵਾਕ ਅਨੁਸਾਰ ਸੱਤਵੇਂ ਅਤੇ ਅੱਠਵੇਂ ਨਾਨਕ ਇਸ ਪਾਵਨ ਅਸਥਾਨ 'ਤੇ ਪ੍ਰਗਟ ਹੋ ਕੇ ਸਾਡੇ ਵਰਗੇ ਜਨਮਾਂ ਜਨਮਾਂਤਰਾਂ ਤੋਂ ਵਿਛੜ ਹੋਇਆਂ ਨੂੰ ਆਪਣੇ ਚਰਨੀ ਲਾਉਣ ਦੇ ਲਈ ਇਸ ਪਾਵਨ ਧਰਤੀ 'ਤੇ ਆ। ਇਸ ਗੱਲ ਦੀ ਮਹੱਤਤਾ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰੀਏ, ਕਿਉਂਕਿ ਧੰਨ ਗੁਰੂ ਹਰਿਰਾਜ ਸਾਹਿਬ ਜੀ ਦਾ ਪਾਵਨ ਜੀਵਨ, ਪਾਵਨ ਇਤਿਹਾਸ, ਉਹਨਾਂ ਦੀ ਪਾਵਨ ਸਿੱਖਿਆ ਨੂੰ ਕੁਛ ਮਿੰਟਾਂ ਦੇ ਵਿੱਚ ਬਿਆਨ ਕਰ ਸਕਣਾ, ਮੈਂ ਤਾਂ ਕੀ ਮੇਰੇ ਵਰਗੇ ਕਰੋੜਾਂ ਹੀ ਬੰਦੇ ਪੈਦਾ ਹੋ ਜਾਣ। ਜਿਵੇਂ ਕਿਸੇ ਨੇ ਇੱਕ ਕਵਿਤ ਉਚਾਰਨ ਕੀਤਾ ਸੀ ਭਾਈ ਗੁਰਦਾਸ ਜੀ ਦੇ ਨਾਂ 'ਤੇ ਕਿ ਇੱਕ ਹੀ ਸਰੀਰ ਕੇ ਰੂਪ ਮੈਂ ਕਰੋੜ ਹੋਵਾਂ ਸੱਤ ਕੋਟ ਰੋਵਨ ਰੋਮ ਹੋਵਣ ਸਵੇ ਹੀ ਸਰੀਰ ਕੇ, ਫਿਰ ਇੱਕ ਰੋਮ ਮੈਂ ਸੀਸ ਹੋਵੇ ਕੋਟ ਕੋਟ ਸੀਸ ਮੈਂ ਹੋਵੇ ਮੁੱਖ ਚੀਰ ਕੇ ਕਰੋੜਾਂ ਹੀ ਮੂੰਹ ਲੱਗੇ ਹੋਏ ਆਉਣ, ਫਿਰ ਇੱਕ ਮੁੱਖ ਮੈਂ ਜੇਵਾ ਹੋਵੇ ਕੋਟ ਕੋਟ ਜੇਵਾ ਨਾਲ ਭਨੋ ਗੁਣ ਸੀਰ ਕੇ ਕਹਿਤ ਗੁਰਦਾਸ ਭਲਾ ਤਉ ਵੀ ਹੋ ਅਜਾਨ ਮਤ ਜਸ ਕੈਸੇ ਪਾਰ ਪਾਉਂ ਸ਼੍ਰੀ ਸਤਿਗੁਰੂ ਕੇ ਸਰੀਰ ਕੇ। ਵੀ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੀਆਂ ਸਿਫਤਾਂ ਤਾਂ ਕੀ ਕੀਤੀਆਂ ਜਾਂਦੀਆਂ ਨੇ, ਕੇਵਲ ਮਕਸਦ ਇੰਨਾ ਕੁ ਹੀ ਹੋ ਸਕਦਾ ਹੈ ਕਿ ਉਹਨਾਂ ਦੇ ਗੁਣਾਂ ਨੂੰ ਸ਼ਰਵਣ ਕਰਕੇ, ਉਹਨਾਂ ਦੇ ਗੁਣਾਂ ਨੂੰ ਬਿਆਨ ਕਰਕੇ, ਉਹਨਾਂ ਦੇ ਗੁਣਾਂ ਨੂੰ ਜਾਣ ਕੇ ਗੁਣ ਕਹਿ ਗੁਣੀ ਸਮਾਵਣਿਆ ਅਸੀਂ ਉਸ ਪਰਮ ਜੋਤ
परमात्मा वाहिगुरु जी की साक्षात जोत धन गुरु हरराज साहिब सच्चे पातशाह के मुबारक चरणों के समाना है। शब्द ते सुरत का मिलाप की है? शब्द ते सुरत इहदा मिलाप है कि जो गुरु कहिंदा है ना सिखा तू वह करदा जा, उहदे अगे कोई भी किसे किस्म का ना हुज्जत नहीं, कोई दलील नहीं, कोई किसे किस्म का हुक्म नहीं। जो गुरु पातशाह ने कहा है, जिवें भाई साहब भाई मरदाना जी की गल चेते आ गई, एक बार जा रहे सन जंगल दे विच, जांदे जांदे अड़ गए, कहन लगे बाबा तेरी घाल करड़ी मेरे सिओ नहीं होंदी। जगो गुरु नानक पातशाह भी पुछदे ने मरदानिया किवें रहेगा भी साडे नाल, ते अगे मरदाना जी कहिंदे ने हाँ बाबा मैं तेरे नाल तां रह सां जिस अवस्था दे विच तुसी रहिंदे हो, जिवें तुहानू दुख ते भुख नहीं सतांदे, जिवें तुहानू भुख ते नींद नहीं सतांदी, जिस अवस्था दे विच रह के तुसी ओ परम परमात्मा वाहिगुरु जी दे नाल जुड़े होए हो, जे मैनू भी इदां दी जीवन जुगत बख्शदे हो ना बाबा मैं तेरे नाल तां रह सां, नहीं तो मैनू छुट्टी दे मैं अपने घर चला जावां। जे साडे वर्गा कोई मंगण वाला होंदा ਤਾਂ ਪਤਾ ਨਹੀਂ ਸੰਸਾਰੀ ਵਸਤਾਂ ਕੀ ਮੰਗ ਲੈਣੀਆਂ ਸਨ। ਪਰ ਅਸੀਂ ਇਹ ਯਾਦ ਰੱਖਣਾ ਹੈ ਸਤਿਗੁਰੂ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਬੜਾ ਲੰਬਾ ਇਤਿਹਾਸ ਸਤਿਗੁਰੂ ਜੀ ਦੇ ਪਾਵਨ ਕਾਰਨਾਮਿਆਂ ਦਾ ਮੇਰੇ ਸਾਹਮਣੇ ਖੜ੍ਹਾ ਹੈ। ਜਿਵੇਂ ਕੋਈ ਬੰਦਾ ਅਣਜਾਣ ਜਿਹਾ ਸਮੁੰਦਰ ਦੇ ਵਿੱਚ ਜਾ ਵੜੇ ਨਾ, ਸਮੁੰਦਰ ਦੇ ਵਿੱਚ ਵੜ ਜਾਵੇ ਅਤੇ ਉਹਦੀ ਡੁੰਘਾਈ ਉਹਦੀ ਗੰਭੀਰਤਾ ਉਹਦੀ ਵਿਸ਼ਾਲਤਾ ਨੂੰ ਦੇਖ ਕੇ ਉਹ ਪਜਲ ਹੋ ਜਾਂਦਾ ਹੈ, ਹੁਣ ਕਿਹੜੀ ਗੱਲ ਕਿੱਧਰ ਨੂੰ ਜਾਵਾਂ, ਕਿਹੜੇ ਕੋਨੇ ਨੂੰ ਜਾਵਾਂ, ਕੀ ਕਰਾਂ, ਕੀ ਬਿਆਨ ਕਰਾਂ। ਦਰਅਸਲ ਇਹੀ ਹਾਲਤ ਗੁਰੂ ਹਰਿਰਾਜ ਸਾਹਿਬ ਦਾ ਇਤਿਹਾਸ ਸਾਹਮਣੇ ਰੱਖ ਕੇ ਮੇਰੇ ਵਰਗੇ ਦੀ ਹੋ ਜਾਂਦੀ ਹੈ, ਕਿਹੜੀ ਗੱਲ ਛੱਡਾਂ ਅਤੇ ਕਿਹੜੀ ਜਿਹੜੀ ਹੈ ਉਹ ਸੰਗਤ ਦੇ ਨਾਲ ਸਾਂਝੀ ਕਰਨਾ। ਸਤ ਸੰਗਤ, ਸਤਿਗੁਰੂ ਨੇ ਬੜੇ ਪਰਉਪਕਾਰ ਕੀਤੇ ਨੇ। ਟੂਕ ਮਾਤਰ ਹੀ ਗੱਲ ਕਰ ਲਵਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਜਿੱਥੇ ਬਾਦਸ਼ਾਹਾਂ ਦੀ ਔਲਾਦ ਵੀ ਜੇ ਬਿਮਾਰ ਹੋ ਗਈ ਦਾਰਾ ਸ਼ਿਕੋ ਵਰਗੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਉਹ ਦਵਾਈਆਂ ਪ੍ਰਾਪਤ ਨਹੀਂ ਹੋਈਆਂ ਅਤੇ ਅੰਤ ਹਕੂਮਤ ਨੂੰ ਪਤਾ ਲੱਗਾ ਉਹ ਦਵਾਈ ਤਾਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਉਸ ਦਵਾਖਾਨੇ ਦੇ ਵਿੱਚੋਂ ਪ੍ਰਾਪਤ ਹੋ ਸਕਦੀ ਹੈ ਜਿੱਥੇ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਪਰਉਪਕਾਰ ਕਰ ਰਹੇ ਨੇ। ਅੰਤ ਇੱਥੋਂ ਦਵਾਈ ਲੈ ਕੇ ਦਾਰਾ ਛਕੋ ਤੰਦਰੁਸਤ ਹੋਇਆ। ਕਹਾਣੀ ਤੁਸੀਂ ਸਾਖੀ ਸਾਰੇ ਜਾਣਦੇ ਹੋ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ 'ਤੇ ਮੈਂ ਸਮਝਦਾ ਅਪਾਰ ਬਖਸ਼ਿਸ਼ ਹੋਈ ਸਤਿਗੁਰੂ ਦੀ, ਕਿਉਂਕਿ ਇਸੇ ਹੀ ਪਾਵਨ ਧਰਤੀ 'ਤੇ ਉਹ ਔਰਤ ਜਾਤ ਜਿਹਨੂੰ ਕਿਸੇ ਨੇ ਘੱਟ ਅਕਲ ਵਾਲੀ ਕਿਹਾ ਸੀ, ਕਿਸੇ ਨੇ ਪੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ ਕਿਹਾ ਸੀ, ਕਿਸੇ ਨੇ ਦਾਮ ਖਰਚ ਵਾਧਣ ਲੈ ਆਇਆ, ਮਾਓ ਕਿਹ ਮੇਰਾ ਪੂਤ ਵਿਆਹਿਆ, ਬਾਗਨ ਜਿੰਦ ਲੈ ਬਾਗਨ ਬਿੰਦ ਲੈ ਬਾਗਨ ਅਮਰੀਕ ਕਾਇਆ, ਇਨ ਬਾਗਨ ਤ੍ਰੈਲੋਕੀ ਖਾਈ ਗੋਰਖ ਵਸਤ ਗਾਇਆ, ਅਤੇ ਪਹਿਲੀ ਆਵਾਜ਼ ਬੁਲੰਦ ਹੋਈ ਸੀ ਪੰਜਾਬ ਦੀ ਧਰਤੀ 'ਤੇ ਕਿ ਪੰਡ ਜੰਮੀ ਹੈ ਪੰਡ ਦੇਣੀ ਹੈ ਪੰਡ ਮੰਗਣ ਵਿਆਹ, ਪੰਡੋ ਹੋਵੇ ਦੋਸਤੀ ਪੰਡੋਂ ਚੱਲੇ ਰਾਹ, ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਉਸੇ ਔਰਤ ਜਾਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਧੰਨ ਗੁਰੂ ਹਰਿਰਾਜ ਸਾਹਿਬ ਨੇ ਇੱਥੇ ਕਿੰਨਾ ਮਾਣ ਦਿੱਤਾ। ਇਹ ਗਵਾਹ ਹੈ ਉਹ ਪੋਥੀ ਜਿਹੜੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰੂ ਹਰਿਰਾਜ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਦੇ ਹੱਥਾਂ ਦੀ ਲਿਖੀ ਹੋਈ 492 ਪੰਨੇ ਤੋਂ ਲੈ ਕੇ 558 ਪੰਨੇ ਤੱਕ ਜਿਹੜੀਆਂ ਇਤਿਹਾਸ 'ਤੇ ਪਹਿਲਾਂ ਜਪਜੀ ਸਾਹਿਬ ਦੀ ਵਿਆਖਿਆ ਕੀਤੀ ਗਈ ਹੈ, ਔਰ ਪਹਿਲੇ ਪਾਤਸ਼ਾਹ ਤੋਂ ਲੈ ਕੇ 7ਵੇਂ ਪਾਤਸ਼ਾਹ ਤੱਕ 6ਵੇਂ ਪਾਤਸ਼ਾਹ ਤੱਕ ਜਿਹੜੀਆਂ ਖਾਸ ਖਾਸ ਘਟਨਾਵਾਂ ਉਸ ਪੋਥੀ ਦੇ ਵਿੱਚ ਅੰਕਿਤ ਸਨ, ਔਰ ਜਿੱਥੇ ਪਹਿਲੇ ਪਾਤਸ਼ਾਹ ਦੀ ਸਾਖੀ ਉੱਥੇ ਮਹਿਲਾ ਪਹਿਲਾ ਮਹਿਲਾ ਦੂਜਾ ਮਹਿਲਾ ਛੇਵਾਂ ਤੱਕ ਲਿਖ ਦਿੱਤਾ। ਜਿੱਥੇ ਗੁਰੂ ਹਰਿਰਾਜ ਸਾਹਿਬ ਜੀ ਦੀਆਂ ਸਾਖੀਆਂ ਸਨ ਉੱਥੇ ਸਾਖੀਆਂ ਸਤਿਗੁਰ ਕੈ ਮੂੰਹੇ ਕੀਆਂ। ਉਹ ਬੀਬੀ ਨੂੰ ਆਪ ਪੜ੍ਹਾਇਆ ਆਪ ਲਿਖਾਇਆ ਅਤੇ ਸਤਿਗੁਰੂ ਨੇ ਰਹਿਮਤ ਕਰਕੇ ਸਿੱਖ ਇਤਿਹਾਸ ਦੀ ਸਭ ਤੋਂ ਪਹਿਲੀ ਇਤਿਹਾਸਕਾਰ
ਅਤੇ ਗੁਰਬਾਣੀ ਵਿਆਖਿਆਕਾਰ ਬੀਬੀ ਰੂਪ ਕੌਰ ਜੀ ਨੂੰ ਬਣਾਇਆ ਸੀ। ਸਤਿ ਸੰਗਤ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਉਹਨਾਂ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਇਸ ਪਾਵਨ ਅਸਥਾਨ 'ਤੇ ਬੀਬੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ ਉਹ ਕੀਰਤਨ ਦੀ ਇਲਾਹੀ ਦਾਤ ਬਖਸ਼ਿਸ਼ ਕਰਨ ਦੇ ਲਈ ਗੁਰੂ ਹਰਿਰਾਏ ਸਾਹਿਬ ਦੇ ਨਾਂ 'ਤੇ ਜੋ ਗੁਰੂ ਹਰਿਰਾਏ ਸੰਗੀਤ ਅਕੈਡਮੀ ਖੋਲ੍ਹੀ ਹੈ ਨਾ, ਮੈਂ ਸਮਝਦਾ ਅਨੇਕਾਂ ਨਹੀਂ ਸੈਂਕੜੇ ਹੀ ਬੱਚੇ ਐਸੇ ਇਸ ਅਕੈਡਮੀ ਦੇ ਵਿੱਚੋਂ ਤਿਆਰ ਕਰਕੇ ਨਰੋਲ ਕੀਰਤਨ ਦੀ ਸੇਵਾ 'ਤੇ ਭਾਈ ਸਾਹਿਬ ਜੀ ਨੇ ਲਾ ਦਿੱਤੇ ਹਨ। ਮੈਂ ਹੁਣੇ ਹੀ ਪੁੱਛ ਰਿਹਾ ਸਾਂ ਵੀ ਭਾਈ ਸਾਹਿਬ ਜੀ, ਭੈਣ ਜੀ ਨੇ ਸ਼ਬਦ ਪੜ੍ਹਿਆ ਹੈ ਕਿਆ ਤੁਹਾਡੇ ਸਕੀ ਭੈਣ ਜੀ ਨੇ? ਭਾਈ ਸਾਹਿਬ ਕਹਿਣਗੇ ਹਾਂ ਇਹ ਮੇਰੇ ਛੋਟੇ ਭੈਣ ਜੀ ਨੇ, ਸਕੇ ਨਾਲ ਭਣੇਵੇਂ ਬੈਠੇ ਹੋਏ ਨੇ, ਭਤੀਜੇ ਬੈਠੇ ਹੋਏ ਨੇ, ਭਰਾ ਬੈਠੇ ਹੋਏ ਨੇ। ਭਾਈ ਗੁਰਦੇਵ ਸਿੰਘ ਜੋ ਚੇਅਰਮੈਨ ਨੇ, ਇਹ ਇਹਨਾਂ ਦੇ ਬੇਟੇ ਨੇ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਦੇ ਭਰਾ, ਬਾਕੀ ਖਾਨਦਾਨ ਸਾਰਾ। ਜਿਹੜੀ ਗੱਲ ਸਤਿਗੁਰੂ ਨੇ ਕਹੀ ਸੀ ਨਾ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਵੇਲੇ ਸਾਰਾ ਹੀ ਪਰਿਵਾਰ ਜਿਹੜਾ ਆਪਣਾ ਤਾਂ ਇਹਨਾਂ ਨੇ ਲਾਇਆ ਹੋਇਆ ਸੀ, ਪਰ ਨਾਲ ਨਾਲ ਇਸ ਇਲਾਕੇ ਦੇ ਵਿੱਚ ਆ ਕੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਨਾਲ ਜਿਹੜੀ ਸੰਗੀਤ ਅਕੈਡਮੀ ਖੋਲ੍ਹ ਕੇ ਘਰ ਘਰ ਦੇ ਵਿੱਚ ਧਰਮਸ਼ਾਲਾ ਬਣਾ ਦਿੱਤੀ, ਘਰ ਘਰ ਦੇ ਵਿੱਚ ਜਿਹੜੇ ਬੱਚੇ ਨੇ ਉਹ ਕੀਰਤਨ ਦੀ ਦਾਤ ਪ੍ਰਾਪਤ ਕਰਕੇ ਆਪ ਵੀ ਗੁਰਸਿੱਖੀ ਨਾਲ ਜੁੜੇ ਹੋਏ ਨੇ ਅਤੇ ਬਾਕੀ ਸੰਗਤਾਂ ਨੂੰ ਵੀ, ਪਰਿਵਾਰ ਨੂੰ ਵੀ ਜੋੜਦੇ ਜਾ ਰਹੇ ਨੇ। ਮੈਂ ਸਮਝਦਾ ਹਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਭਾਈ ਬਲਵਿੰਦਰ ਸਿੰਘ ਜੀ ਵਰਗੇ ਗੁਰਸਿੱਖਾਂ ਬਾਰੇ ਹੀ ਇਹ ਗੱਲ ਆਖੀ ਹੋਏਗੀ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼। ਕਿਉਂਕਿ ਮੈਂ ਕੋਈ ਇਤਿਹਾਸ ਦੀ ਗੱਲ ਆਪ ਜੀ ਨਾਲ ਲੜੀਵਾਰ ਸ਼ੁਰੂ ਨਹੀਂ ਕਰ ਸਕਿਆ, ਬੜਾ ਵਿਸ਼ਾਲ ਇਤਿਹਾਸ ਹੈ ਖਾਲਸਾ ਜੀ, ਕੇਵਲ ਇੱਥੇ ਤੱਕ ਮਸਤਕ ਝੁਕਾਉਣ ਤੱਕ ਨਹੀਂ ਰਹਿਣਾ, ਬਲਕਿ ਆਪਣੇ ਮਹਾਨ ਵਿਰਸੇ ਨੂੰ ਪੜ੍ਹ ਕੇ ਨਾ ਫਿਰ ਦੇਖੋ ਵੀ ਸਤਿਗੁਰੂ ਨੇ ਕਿੰਨੀਆਂ ਰਹਿਮਤਾਂ, ਕਿੰਨੀਆਂ ਬਖਸ਼ਿਸ਼ਾਂ, ਕਿਵੇਂ ਅਣਖ ਇੱਜ਼ਤ ਅਤੇ ਗੈਰਤ ਦੇ ਨਾਲ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਣ ਵਾਸਤੇ ਸਤਿਗੁਰੂ ਨੇ ਇਸੇ ਧਰਤੀ 'ਤੇ ਕੌਤਕ ਕੀਤੇ। ਜਿਹੜਾ ਅੱਜ ਅਸੀਂ ਅਸਤ ਪਾਉਣ ਦਾ ਅਸਥਾਨ ਬਣਾ ਦਿੱਤਾ ਨਾ, ਗੁਰੂ ਹਰਿਰਾਏ ਸਾਹਿਬ ਨੇ ਇਹ ਕਿਲ੍ਹਾ ਕੀਤਾ ਸੀ ਤਿਆਰ, ਪ੍ਰਿੰਸੀਪਲ ਸੁਖਬੀਰ ਸਿੰਘ ਲੈ ਦੇ, ਇਹ ਪਤਾਲਗੜ੍ਹ ਕਿਲ੍ਹਾ ਹੈ। ਦੂਜਾ ਕਿਲ੍ਹਾ ਦੌਲੋਵਾਲ ਦਾ ਕਿਲ੍ਹਾ ਸੀ, ਔਰ ਤੀਜਾ ਕਿਲ੍ਹਾ ਜਿਹੜਾ ਬੁੰਗਾ ਸਾਹਿਬ, ਇਹ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਕੀਰਤਪੁਰ ਦੀ ਰੱਖਿਆ ਦੇ ਲਈ ਤਿੰਨ ਕਿਲ੍ਹੇ ਤਿਆਰ ਕੀਤੇ ਸੀ। ਦੂਰ ਅੰਦੇਸ਼ੀ ਸਤਿਗੁਰੂ ਜਾਣਦੇ ਸਨ ਕਿ ਕਿਵੇਂ ਕਿਵੇਂ ਸਮੇਂ ਸਮੇਂ 'ਤੇ ਲੋੜ ਪੈ ਸਕਦੀ ਹੈ, ਕਿਉਂਕਿ ਗਰੀਬਾਂ, ਮਜ਼ਲੂਮਾਂ, ਨਿਮਾਣਿਆਂ, ਨਿਤਾਣਿਆਂ ਦੀ ਬਾਂਹ ਪਕੜਨ ਲਈ ਗੁਰੂ ਘਰ ਦੀ ਰਵਾਇਤ ਪਹਿਲਾਂ ਤੋਂ ਹੀ ਬਣ ਚੁੱਕੀ ਸੀ। ਔਰ ਜਦੋਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਗੋਇੰਦਵਾਲ ਦੀ ਧਰਤੀ 'ਤੇ ਆ ਕੇ ਦਰਸ਼ਕੋ ਨੇ ਬੇਨਤੀ ਕੀਤੀ, ਸਤਿਗੁਰੂ ਮੇਰੇ ਪਿੱਛੇ ਫੌਜਾਂ ਲੱਗੀਆਂ ਹੋਈਆਂ ਨੇ, ਮੇਰੀ ਬਾਂਹ ਪਕੜੋ। ਸਤਿਗੁਰੂ ਨੇ ਸ਼ਰਨਾਈ ਦੀ ਲਾਜ ਰੱਖਣ ਦੇ ਲਈ 1100 ਘੋੜ ਸਵਾਰ ਰਾਵੀ ਦੇ ਪੱਤਣ 'ਤੇ, 1100 ਘੋੜ ਸਵਾਰ ਬਿਆਸ ਦੇ ਪੱਤਣ 'ਤੇ ਲਾ ਦਿੱਤੇ। ਸ਼ਾਇਦ ਸਾਨੂੰ ਇਹ ਪਤਾ ਨਾ ਹੋਵੇ ਕਿ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਔਰੰਗਜ਼ੇਬ ਬਾਦਸ਼ਾਹ ਨੇ ਗੁੱਸੇ ਵਿੱਚ ਆ ਕੇ 3 ਹਮਲੇ ਵੀ ਕੀਤੇ ਨੇ। ਇੱਕ ਜਰਨੈਲ ਜਿਹੜਾ ਸੀ 10 ਲੱਖ ਦਾ ਮਨਸਬਦਾਰ ਸੀ ਜ਼ਾਲਮ ਖਾਨ, ਉਹ ਹਮਲਾ ਕਰਨ ਦੇ ਲਈ ਆਇਆ, ਪਰ ਰਸਤੇ ਦੇ ਵਿੱਚ ਹੀ ਮਾਸ ਖਾਣ ਕਰਕੇ ਸੂਲ ਉੱਠਿਆ ਅਤੇ ਰਸਤੇ 'ਚ ਮਰ ਗਿਆ। ਦੂਜਾ ਜਰਨੈਲ ਦੂੰਦੇ ਖਾਨ ਸੀ, ਜੋ ਕਿ ਅਫਗਾਨਿਸਤਾਨ ਸਾਈਡ 'ਤੇ ਚੱਲਿਆ ਅਤੇ ਕਰਤਾਰਪੁਰ ਦੇ ਲਾਗੇ ਆਇਆ ਸੀ, ਸਿਪਾਹੀ ਨੇ ਕਤਲ ਕਰ ਦਿੱਤਾ। ਤੀਜਾ ਜਰਨੈਲ ਨਾਹਰ ਖਾਨ ਸਹਾਰਨਪੁਰ ਤੋਂ ਚੱਲਿਆ, ਯਮੁਨਾਨਗਰ ਤੋਂ ਉਰੇ 4 ਕਿਲੋਮੀਟਰ ਦੀ ਦੂਰੀ 'ਤੇ ਇੱਕ ਪਿੰਡ ਦਾਮਲਾ ਪੈਂਦਾ ਹੈ, ਜਿੱਥੇ ਸੁੱਤੇ ਹੋਏ ਦਾ ਕਤਲ ਉਹਦੇ ਸਿਪਾਹੀ ਨੇ ਕਰ ਦਿੱਤਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ 2200 ਘੋੜ ਸਵਾਰ ਆਪਣੇ ਪਾਸ ਰੱਖਣੇ ਨੇ, ਤੁਸੀਂ ਕਿਸੇ 'ਤੇ ਹਮਲਾ ਨਹੀਂ ਕਰਨਾ, ਜੋ ਤੁਹਾਡੇ 'ਤੇ ਹਮਲਾ ਕਰਕੇ ਆਏਗਾ ਉਹ ਆਪਣੇ ਆਪ ਖਤਮ ਹੋ ਜਾਏਗਾ। ਗੁਰੂ ਹਰਿਰਾਏ ਸਾਹਿਬ ਦੀਆਂ ਬੜੀਆਂ ਹੀ ਇਤਿਹਾਸ ਦੇ ਵਿੱਚ ਅਮੋਲਕ ਗੁਣ ਪਏ ਹੋਏ ਨੇ। ਕਿਤੇ ਫਿਰ ਮੌਕਾ ਮਿਲਿਆ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਕਿਉਂਕਿ 2-4 ਮਿੰਟ ਮੈਂ ਉੱਤੇ ਲੈ ਗਿਆ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਦਾ, ਜਿੱਥੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਆ ਕੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੀ ਉਹ ਲਾਈ ਹੋਈ ਫੁਲਵਾੜੀ ਜਿਹੜੀ ਸੀ, ਕਿਤੇ ਬੀਜ ਪਾ ਗਏ ਸਨ, ਉਸ ਬੀਜ ਨੂੰ ਫਿਰ ਪ੍ਰਫੁੱਲਿਤ ਕਰਨ ਦੇ ਲਈ
सतगुरु ने रहमतां कीतियां, इन्हां तों ये सेवा लैनी सी। जिहड़े भी परिवार, जिहड़ियां संस्थावां, जिहड़ियां जथेबंदियां भाई साहब भाई बलविंदर सिंह जी रंगीला, भाई साहब भाई गुरसेवक सिंह जी नूं पूर्ण सहयोग दे रहियां हन, उन्हां दा भी धन्नवाद। और बेनती भी करांगा कि वध तों वध ऐसे गुरसिख प्यारियां दा सहयोग दिओ, उन्हां नूं पूरी हमायत दिओ, जो आप जपै अवरा नाम जपावे दे मुताबिक अपने जीवन नूं बसर करदे हन। भुल गलती लेखे मां जी प्रवानो फतेह, फतेह दा जवाब गज वज के फतेह च दे दिओ जी। वाहिगुरू जी का खालसा, वाहिगुरू।